ब्रेकफास्ट कर लिया अपना ते हुण असीं रेडी आ ओ जो बोले सो निहाल पार्किंग शुरू की एंड जाके हिसाब का भी निकलना कड़ी है सनलाइट आंदी है ता घूमदा चेक करो एले दा पूरा का पूरा न्यू ब्लॉगर इन द हाउस लो जी इधरों व्यू चेक करो तुम किदा लग रहा हॉलीवुड आके बहुत अच्छा अब देख के आने अंदर की है गा लो जी चेक करो ग्रिफिट ने सारा कुछ इकट्ठा किया और अंदर लाता सब कुछ कुल मिला के है काम निकलिया बहुत बढ़िया इतने हॉलीवुड का व्यू बहुत और शहर बहुत बढ़िया घूमने वाला है हम आप कितने होर जावे ਅਸੀਂ ਹੁਣ ਆ ਗਏ ਹਾਂ ਇੱਧਰ ਪਾਰਕ 'ਚ ਅਸੀਂ ਗੱਲ ਬੜੀ ਕੀ ਹਾਲ ਚਾਲ ਲਓ ਜੀ ਹੋ ਗਏ ਹਾਂ ਉੱਠ ਕੇ ਤਿਆਰ ਸਾਰੇ ਬਾਕੀ ਹੁੰਦੇ ਲੇਡੀਜ਼ ਅਤੇ ਅਸੀਂ ਤਿਆਰ ਹਾਂ ਬੰਦੇ ਤੋਂ ਅਤੇ ਚੈੱਕ ਕਰੋ ਜੀ ਪਿੱਛੇ ਵਿਊ ਐਲਏ ਦੀ ਬਿਲਡਿੰਗਾਂ ਅਤੇ ਮੈਂ ਵੀ ਖੜ੍ਹਾ ਇੱਥੇ ਅਤੇ ਏਅਰਬੀਐਨਬੀ ਇੱਥੇ ਬੁੱਕ ਕਰਾਇਆ ਵਧੀਆ ਸੀ ਸਟੇ ਹੁਣ ਅਸੀਂ ਥੋੜ੍ਹਾ ਜਿਹਾ ਖਲਾਰਾ ਪੀਲਾ ਬਾਤ ਹੈ ਇੱਥੇ ਅਤੇ ਉਹ ਕਿਚਨ ਆ ਸਾਹਮਣੇ ਅਸੀਂ ਬ੍ਰੇਕਫਾਸਟ ਕਰ ਲਿਆ ਆਪਣਾ ਅਤੇ ਹੁਣ ਅਸੀਂ ਰੇਡੀ ਹਾਂ ਉਹ ਦੇਖੋ ਜੀ ਸਾਹਮਣੇ ਦਾ ਵਿਊ ਉੱਧਰ ਨੂੰ ਆਪਾਂ ਗੱਡੀ ਚੱਕਣੀ ਹੈ ਅਸੀਂ 2 ਦਿਨ ਦੀ ਪਾਰਕਿੰਗ ਲਈ ਇਸੀ ਏਅਰਬੀਐਨਬੀ ਵਿੱਚ ਅਤੇ ਉੱਧਰ ਜਾਣਾ ਹੁਣ ਅਸੀਂ ਦੇਖਦੇ ਹਾਂ ਸ਼ਹਿਰ ਘੁੰਮਾਂਗੇ ਬੀਚ 'ਤੇ ਜਾਵਾਂਗੇ ਅੱਜ ਪੂਰਾ ਦਿਨ ਚਿੱਲ ਕਰਨਾ ਇੰਜੋਏ ਕਰਨਾ ਕੱਲ੍ਹ ਦਾ ਦਿਨ ਵੀ ਹਾਫ ਡੇ ਚਿੱਲ ਕਰਕੇ ਆਪਾਂ ਨਿਕਲ ਜਾਣਾ ਕੱਲ੍ਹ ਆਪਾਂ ਟਾਈਮ ਸਿਰ ਥੋੜ੍ਹਾ ਜਿਹਾ ਉੱਠ ਕੇ ਨਿਕਲਾਂਗੇ ਕਿਉਂਕਿ ਥੋੜ੍ਹਾ ਜਿਹਾ ਘੁੰਮ ਵੀ ਸਕੀਏ ਚੈੱਕ ਕਰੋ ਜੀ ਹੈਵੀ ਬਿਲਡਿੰਗ ਹੈ ਸਾਰੀਆਂ ਸਾਰੇ ਏਅਰਬੀਐਨਬੀ ਹੈ ਇੱਥੇ ਇਹ ਵੀ ਘਰ ਆ ਕਿਸੇ ਦਾ ਪਤਾ ਨਹੀਂ ਪੁਰਾਣੇ ਟਾਈਪ ਦੇ ਬਣੇ ਥੋੜ੍ਹੇ ਥੋੜ੍ਹੇ ਬਹੁਤ ਉਹ ਜਿਮ ਦੀ ਬੈਂਚ ਪਿਆ ਕੋਈ ਐਕਸਰਸਾਈਜ਼ ਕਰਦਾ ਹੋਣਾ ਪਿੱਛੇ ਇੱਥੇ ਲੋਕ ਰਹਿੰਦੇ ਆ ਇਹ ਛੋਟੀ ਜਿਹੀ ਗਲੀ ਆ ਪਿੱਛੇ ਜਾਣ ਦੀ ਰਾਹ ਬਣਿਆ ਆਉਣ ਜਾਣ ਲਈ ਉਹ ਦੇਖੋ ਜੀ ਸਾਹਮਣੇ ਗੱਡੀ ਕਿਤੇ ਚੜ੍ਹਾਈ 'ਤੇ ਉੱਤੇ ਆ ਰਹੀ ਹੈ ਅਤੇ ਉਹ ਸਾਰਾ ਡਾਊਨ ਆ ਸਾਰਾ ਉੱਧਰ ਦੀ ਥੱਲੇ ਨੂੰ ਜਾਂਦਾ ਏਰੀਆ ਹੁਣ ਇੱਥੋਂ ਤਾਂ ਵਿਊ ਆ ਨਹੀਂ ਰਿਹਾ ਜੇ ਬਾਹਰ ਨਿਕਲ ਕੇ ਤੁਹਾਨੂੰ ਵਿਊ ਦਿਖਾਉਂਦੇ ਹਾਂ ਹੈਲੋ ਮਿਸੈਲ ਵੀ ਨਿਕਲਦੇ 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 ਫੋਟੋ ਸੈਸ਼ਨ ਸ਼ੁਰੂ ਹੋ ਗਿਆ ਜੀ ਸਾਡੀ ਲੇਡੀਜ਼ ਦਾ ਤੁਸੀਂ ਵੀ ਜਾਣਾ ਤੁਸੀਂ ਵੀ ਜਾਣਾ ਨਹੀਂ ਕਹਣਾ ਹੁਣ ਅਸੀਂ ਨਿਕਲਣ ਲੱਗੇ ਹਾਂ ਸਮਾਨ ਸਮੂਨ ਆਪਾਂ ਲੋਡ ਕਰ ਲਿਆ ਆਪਣੇ ਹੱਥਾਂ 'ਚ ਜੀ ਅਸੀਂ ਹੁਣ ਗੱਡੀ ਕੱਢਣ ਲੱਗੇ ਹਾਂ ਪਾਰਕਿੰਗ 'ਚੋਂ ਇਹ ਲਾਈ ਜੀ ਆਪਾਂ ਗੱਡੀ ਰਾਤੀ ਪਾਰਕਿੰਗ 'ਚ ਇੱਧਰ ਅਤੇ ਸੈਕਿੰਡ ਕਲਾਸ 'ਤੇ ਮਿਲੂਗੀ ਥੋੜ੍ਹੀ ਜਿਹੀ ਟਾਈਟ ਸੀ ਬਟ ਲੱਗ ਗਈ ਗੱਡੀ ਇਸਲੀ ਉੱਧਰ ਘੁੰਮਣ ਨੂੰ ਥੋੜ੍ਹੀ ਜਿਹੀ ਟਾਈਟ ਸੀ ਚਲੋ ਜੀ ਹੁਣ ਆਪਾਂ ਬਹਿਣ ਲੱਗੇ ਹਾਂ ਅਤੇ ਇੱਥੋਂ ਸਾਡਾ ਟ੍ਰਿਪ ਹੋ ਜਾਣਾ ਸ਼ੁਰੂ ਟ੍ਰਿਪ ਤਾਂ ਉਹ ਤਾਂ ਕੱਲ੍ਹ ਦਾ ਹੀ ਸ਼ੁਰੂ ਹੋਇਆ ਪਿਆ ਬਟ ਆਪਾਂ ਹੁਣ ਨਿਕਲਾਂਗੇ ਇੱਧਰੋਂ ਦੀ ਔਰ ਘੁੰਮਣ ਜਾਵਾਂਗੇ ਵਧੀਆ ਵਧੀਆ ਜਗ੍ਹਾ 'ਤੇ ਵਧੀਆ ਲੋਕੇਸ਼ਨ ਕੈਪਚਰ ਕਰਾਂਗੇ ਜੋ ਬੋਲੇ ਸੋ ਨਿਹਾਲ ਪੰਜ ਮੀਲ ਜਾਣਾ ਸੀ ਅਤੇ 22 ਮਿੰਟ ਟ੍ਰੈਫਿਕ ਆ ਸਾਨੂੰ ਲੱਗਣੇ 22 ਮਿੰਟ ਕੁੱਤੇ ਦੀਆਂ ਮੋਜਾਂ ਪਿੱਕਿਆਂ ਚ ਘੁੰਮਦੇ ਅਸੀਂ ਪਰ ਉਧਰ ਨਹੀਂ ਹੋ ਰਿਹਾ ਜੀ ਉੱਪਰ ਹਾਲੀਵੁੱਡ ਇੱਧਰ ਵੀ ਤੁਸੀਂ ਕਰ ਸਕਦੇ ਹੋ ਅਸੀਂ ਚੱਲੇ ਇੱਕ ਪਾਰਕ ਜਿੱਥੇ ਸਾਰਾ ਦਿਸਦਾ ਹੈ ਚੈੱਕ ਕਰੋ ਜੀ ਹੋ ਰਿਹਾ ਹਾਲੀਵੁੱਡ ਉਹ ਦੀਦਾ ਉੱਪਰ ਕਿਹੜਾ ਇੱਥੇ ਸਮਾਨ ਲੋ ਜੀ ਆਬਜ਼ਰਵੇਟਰੀ ਪਾਰਕ ਆ ਜੀ ਯਾਰ ਇੱਥੇ ਬੰਦਾ ਗਵਾਚ ਗਿਆ ਆਬਜ਼ਰਵੇਟਰੀ ਪਾਰਕ ਆ ਗਿਆ ਚੈੱਕ ਕਰੋ ਲੋਕੀ ਹਾਈਕਿੰਗ ਹਾਈਕਿੰਗ ਕਰਦੇ ਇੱਧਰ ਉਹ ਵਿੱਚੋਂ ਦੀ ਸੈਰ ਤੇ ਜਾਂਦੇ ਆ ਉਹਦੇ ਪਹਾੜੀਆਂ ਤੇ ਇਸ ਪਹਾੜੀਆਂ ਪਾਰਕ ਇੱਥੇ ਲਾਦਾ ਦੇਖੋ ਪਾਰਕ ਫਰਾਵਨ ਤੋਂ ਮੈਂ 2 ਮੀਲਾਂ ਤੁਰ ਕੇ ਜਾਣਾ ਪੈਣਾ ਬਹੁਤ ਜ਼ਿਆਦਾ ਹੋ ਜਾਣਾ ਆ ਫਿਰ ਚਲੋ ਉੱਥੇ ਚਲੀਏ ਮਦਿਆ ਦੇਖਦੇ ਬਣਿਆ ਉਹ ਉੱਪਰ ਜਾਣਾ ਆਪਾਂ ਟੌਪ ਤੇ ਚੈੱਕ ਕਰੋ ਜੀ ਨੂੰ ਮਜ਼ਾ ਆਉਂਦਾ ਤਾਂ ਨਹੀਂ ਦੇਖਿਆ ਬਿਲਕੁਲ ਲੋ ਜੀ ਟਨਲ ਆ ਗਿਆ ਆਪਾਂ ਘੁੰਮ ਕੇ ਆ ਗਏ ਦੂਜੇ ਪਾਸੇ ਦੀ ਹੁਣ ਪਾਰਕਿੰਗ ਲਗਾਉਣ ਲੱਗੇ ਹਾਂ ਲੋਟ ਚ ਉੱਪਰ ਦੇਖਦੇ ਹਾਂ ਉਹ ਦੇਖੋ ਜੀ ਸਾਹਮਣੇ ਬਿਲਕੁਲ ਹਾਲੀਵੁੱਡ ਦੀ ਦਾ ਇੱਥੋਂ ਦੀ ਕਿੰਨਾ ਕੈਂਟ ਵਿਊ ਹੈ ਫਾੜ ਵਿਊ
ਇੱਧਰ 12 ਵਜੇ ਤੱਕ ਪਾਰਕਿੰਗ ਫ੍ਰੀ ਹੈ, ਉਸ ਤੋਂ ਬਾਅਦ ਚਾਰਜਸ ਲੱਗਦੇ ਆ 12 ਤੋਂ 10 ਵਜੇ ਤੱਕ, ਰਾਤ ਦੇ 10 ਵਜੇ ਤੱਕ ਫਿਰ ਪੇਡ ਹੈ ਪਾਰਕਿੰਗ, ਉਸ ਤੋਂ ਬਾਅਦ ਪੇਡ ਹੈ ਪਾਰਕਿੰਗ 12 ਤੋਂ 10 ਵਜੇ ਤੱਕ, ਇਹਨਾਂ ਨੇ ਨਹੀਂ ਰੁਕਣਾ। ਚੈੱਕ ਕਰੋ ਹੋਰ ਕੀ ਕੰਮ ਹੈ ਇਹਨਾਂ ਦਾ, ਗੱਡੀਆਂ ਚੱਕਣਾ। ਆਹ ਜੀ ਫੋਟੋ ਸ਼ੂਟਿੰਗ ਚੱਲ ਰਹੀ ਹੈ ਇੱਧਰ ਇਹਨਾਂ ਦੀ ਸਾਰਿਆਂ ਦੀ, ਹੋ ਰਿਹਾ ਜੀ ਹਾਲੀਵੁੱਡ, ਚੈੱਕ ਦਿਸ ਆਊਟ। ਓ ਜੀ ਵਿਊ ਚੈੱਕ ਕਰੋ ਇੱਧਰ ਦੀ, ਟੋਪ ਤੇ ਖੜੇ ਆ, ਓ ਦੇਖੋ ਜੀ ਹਾਲੀਵੁੱਡ, ਲਓ ਜੀ ਇੱਥੇ ਹਾਲੀਵੁੱਡ 'ਤੇ ਚੱਲ ਰਹੀਆਂ ਫੋਟੋਆਂ ਸਾਰਿਆਂ ਦੀਆਂ, ਅਤੇ ਆ ਪਰਾਂ ਦੇ ਵਿੱਚ ਖੜ ਖੜ ਕੇ ਫੋਟੋਆਂ ਖਿਚਾਉਣ ਦੇ, ਬਹੁਤ ਵਧੀਆ ਵਿਊ ਹੈ ਇੱਥੇ ਦਾ, ਉਹ ਬਹੁਤ ਹੀ ਸੋਹਣਾ। ਲਓ ਜੀ ਚੈੱਕ ਕਰੋ ਜੀ ਹਾਲੀਵੁੱਡ, ਉਹ ਪਿੱਛੇ ਛੋਟਾ ਜਿਹਾ ਹਾਲੀਵੁੱਡ ਨਜ਼ਰ ਆ ਰਿਹਾ ਸਕਰੀਨ 'ਤੇ, ਵੱਡਾ ਨਜ਼ਰ ਆਏਗਾ ਹੁਣ। ਹੁਣ ਸਾਡੇ ਬੰਦੇ ਲਾਈਨ 'ਚ ਲੱਗੇ ਨੇ, ਉਹ ਦੇਖੋ ਜੀ ਫੋਟੋਆਂ ਖਿਚਾਉਣ ਲਈ, ਅਸੀਂ ਤਾਂ ਸ਼ਾਮੇ ਖੜ ਗਏ, ਗਰਮੀ ਬੜੀ ਹੈ। ਕਿੱਥੋਂ ਚੱਲਾਂ ਭਾਈਆ, ਪਤਾ ਨਹੀਂ ਹੈ ਕਿੱਥੇ ਨੂੰ ਚੱਲਾਂ, ਇੱਧਰੋਂ ਦੀ ਜੰਗਲਾਂ ਦੇ ਵਿੱਚੋਂ ਦੀ ਆ, ਦੇਖੋ ਡਿੱਗਣ ਵਾਲੇ ਕੰਮ ਇਹਨਾਂ ਦੇ। ਉਹ ਦੇਖੋ ਜੀ ਕਿਲਾ ਜਿਹਾ ਬਣਾਇਆ ਇਹਨਾਂ ਨੇ ਕੋਈ ਅੰਦਰ, ਮਿਊਜ਼ੀਅਮ ਟਾਈਪ 'ਚ ਦੇਖਣ ਨੂੰ। ਇੱਥੇ ਬਸ ਆਹੀ ਹੈ, ਇੱਧਰੋਂ ਦੀ ਆਈ ਵਿਊ ਹੈ ਬਸ, ਬਹੁਤ ਵਧੀਆ ਵਧੀਆ ਖਿੱਚ ਸਕਦੇ ਹਾਂ ਫੋਟੋਜ਼ ਵਗੈਰਾ, ਪੂਰਾ ਸ਼ਹਿਰ ਨਜ਼ਰ ਆਉਂਦਾ ਇੱਥੋਂ ਦੀ, ਉਹ ਬਹੁਤ ਵਧੀਆ ਲੱਗਦਾ ਸੋਹਣਾ। ਅਸੀਂ ਪੇੜ ਦੀ ਛਾਂ 'ਚ ਖੜੇ ਹੋ ਗਏ ਹਾਂ ਆ ਕੇ, ਮੈਂ ਤਾਂ ਪੇੜ ਦੀ ਛਾਂ 'ਚ ਖੜਾ ਹੋ ਗਿਆ ਆ ਕੇ, ਬਾਕੀ ਦੇਖੋ ਇਹਨੇ ਜਦ ਵਿਹਲੇ ਹੋਣਗੇ ਫਿਰ ਨਿਕਲਾਂਗੇ ਇੱਧਰੋਂ। ਖੁੱਲ੍ਹਣਾ 12 ਵਜੇ, ਤਾਂਹੀਓ 12 ਵਜੇ ਤੋਂ ਪਾਰਕਿੰਗ ਸ਼ੁਰੂ ਕੀਤੀ ਇਹਨਾਂ ਨੇ ਇੱਥੇ ਦੀ। ਉਹ ਜੀ ਹਾਲੀਵੁੱਡ, ਹਾਲੀਵੁੱਡ ਐਂਡ ਫੋਟੋ ਸ਼ੂਟਿੰਗ ਹਾਲੇ ਮੁੱਕੀ ਨਹੀਂ, ਹਾਲੇ ਸ਼ੁਰੂ ਹੋਈ ਹੈ, ਹਾਲੇ ਬਹੁਤ ਸਾਰੀਆਂ ਹੋਣੀਆਂ ਹਾਲੇ। ਲਓ ਜੀ ਬਲੈਸ ਯੂ, ਲਓ ਜੀ ਚੈੱਕ ਕਰੋ ਇਹਦਾ ਵਿਊ, ਚੈੱਕ ਕਰੋ ਹਾਲੀਵੁੱਡ ਨਾਲ। ਐਂਡ ਜਾ ਕੇ ਇਹ ਹਿਸਾਬ ਕਿਤਾਬ ਨਿਕਲਣਾ, ਇਹਨਾਂ ਨੇ ਫੋਟੋਆਂ ਖਿਚਾ ਕੇ 12 ਵਜੇ ਤੋਂ 2 ਕੁ ਮਿੰਟ ਪਹਿਲਾਂ ਗੱਡੀਆਂ ਚੱਕ ਗਾਇਬ ਹੋ ਜਾਣਾ। ਲਓ ਜੀ ਇਹ ਕੜੀ ਆ, ਸਨਲਾਈਟ ਆਉਂਦੀ ਹੈ ਤਾਂ ਘੁੰਮਦਾ ਘੁੰਮਦੀ ਹੈ, ਦੇਖਦੇ ਕਰੈਕਟ ਟਾਈਮ ਆਉਂਦਾ ਕਿ ਨਹੀਂ, ਇਹ ਲਿਖਿਆ ਇੱਥੇ ਚੈੱਕ ਕਰੋ ਜੀ। ਕਿੰਨਾ ਸੋਹਣਾ ਤੇ ਬਿਊਟੀਫੁਲ ਨਿਊ ਬਲੌਗਰ ਇਨ ਦੀ ਹਾਊਸ। ਚਲੋ ਮਾਮਾ ਕਹਿ ਚੁ ਇੱਕ ਤੁਸੀਂ ਇਧਰੋ ਚੈੱਕ ਕਰੋ ਵੀ, ਇਧਰੋ ਵੀ ਠੀਕ ਹੈ। ਲਓ ਜੀ ਇਧਰੋ ਦੇਖੋ ਜੀ ਹਾਲੀਵੁੱਡ ਸਾਈਨ, ਕਿਉਂ ਮਾਸਟਰ ਜੀ ਹਾਲੀਵੁੱਡ ਆ ਕੇ ਕਿੱਦਾਂ ਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਪਹਿਲੀ ਵਾਰ ਆਏ ਤੁਸੀਂ? ਪਹਿਲੀ ਵਾਰੀ ਆਏ। ਪਹਿਲੀ ਵਾਰ ਇਲੇ ਦੇਖਿਆ ਤੁਸੀਂ? ਨਹੀਂ ਇਲੇ ਤਾਂ ਬਹੁਤ ਵਾਰੀ ਆਏ, ਟਰੱਕ ਤੇ ਆਏ ਆ ਨਾ, ਉਦਾਂ ਫੈਮਿਲੀ ਨਾਲ ਪਹਿਲੀ ਵਾਰ ਆਏ ਆ। ਲੋ ਜੀ ਪਿੱਛੇ ਹਾਲੀਵੁੱਡ ਚੈੱਕ ਕਰ ਲਓ, ਕਿੱਦਾਂ ਲੱਗ ਰਿਹਾ ਹਾਲੀਵੁੱਡ ਆ ਕੇ? ਬਹੁਤ ਅੱਛਾ। ਲੋ ਜੀ ਚੈੱਕ ਕਰੋ, ਐਂਟਰੀ ਸ਼ੁਰੂ ਹੋਈ ਆ ਉੱਧਰ ਸਕੂਲ ਦੀ, 12 ਵਜੇ ਤੱਕ ਫ੍ਰੀ ਪਾਰਕਿੰਗ ਸੀ, 12 ਵਜੇ ਚੱਲੇ ਹੁਣ ਪੂਰੇ, 1 ਮਿੰਟ ਰਹਿ ਗਿਆ, ਦੇਖ ਕੇ ਆਉਂਦੇ ਹਾਂ ਅੰਦਰ ਕੀ ਹੈਗਾ, ਦੇਖ ਕੇ ਆਉਂਦੇ ਅੰਦਰ ਹੈ ਕੀ।
करामत। लो जी ऐसा है, अंदर म्यूजियम टाइप बनाया है, हॉल ऑफ स्काई। लो जी घड़ी चल रही, लो जी घड़ी जी लाई है, वो चलन डी अंदर। लो जी चेक करो, ਸਾਡੇ ਬੰਦੇ ਚਲੇ ਗਏ ਅੰਦਰ। ਲੋ ਜੀ ਅਸੀਂ ਤਾਂ ਆ ਗਏ ਘੁੰਮ ਕੇ, ਦੇਖ ਕੇ ਕੀ ਹੈਗਾ ਅੰਦਰ। ਘੜੀਆਂ ਚ ਲਾਈਆਂ ਇਹਨਾਂ ਨੇ, ਘੜੀਆਂ ਦਿਖਾਉਂਦੇ ਆ ਜਿਹੜੀਆਂ ਇਹ ਸਾਰਾ ਕੁਛ ਇਕੱਠਾ ਕੀਤਾ, ਗ੍ਰਿਫਿਟ ਨੇ ਸਾਰਾ ਕੁਛ ਇਕੱਠਾ ਕੀਤਾ ਔਰ ਅੰਦਰ ਲਾਤਾ ਸਭ ਕੁਛ। ਚਲੋ ਜੀ ਗੱਡੀਆਂ ਚੱਕਣ ਵਾਲੇ ਫਿਰਦੇ ਪਏ ਨੇ, ਹੁਣ ਅਸੀਂ ਆਪਾਂ ਆਪਣੀ ਗੱਡੀ ਕੋਲ ਚੱਲੀਏ। ਅਸੀਂ ਹੈਗੇ ਆ 5-6 ਮਿੰਟ ਲੇਟ, ਬਸ ਗੱਡੀ ਲਾ ਦੇ ਕੋਲ ਚੱਲਦੇ ਆ। ਮਾਸਟਰ ਜੀ ਬਹੁਤ ਫੋਟੋਆਂ ਖਿੱਚ ਲਈਆਂ, ਆ ਜਾਣਾ ਅਸੀਂ ਬਹੁਤ, ਆਪਾਂ ਬਹੁਤ ਫੋਟੋਆਂ ਖਿੱਚ ਲਈਆਂ ਅੱਜ, ਹਜੇ ਹੋਰ ਖਿੱਚਣੀ ਹਾਲੇ ਤਾਂ। ਕੁੱਲ ਮਿਲਾ ਕੇ ਆ ਕੰਮ ਨਿਕਲਿਆ, ਬਹੁਤ ਵਧੀਆ ਇੱਥੇ ਹੋਲੀਵੁੱਡ ਦਾ ਵਿਊ, ਬਹੁਤ ਵਧੀਆ ਵਿਊ ਫੋਟੋਗ੍ਰਾਫੀ ਲਈ, ਬਹੁਤ ਵਧੀਆ ਅੰਦਰ ਮਿਊਜ਼ੀਅਮ ਹੈ ਔਰ ਸ਼ਹਿਰ ਬਹੁਤ ਵਧੀਆ ਘੁੰਮਣ ਵਾਲਾ। ਹੁਣ ਆਪਾਂ ਕਿਤੇ ਹੋਰ ਜਾਵਾਂਗੇ, ਮੇਨ ਹੋਲੀਵੁੱਡ ਸੀਗਾ, ਹੋਲੀਵੁੱਡ ਫੋਟੋਆਂ ਖਿਚਾਉਣੀਆਂ ਸੀ ਉਹ ਖਿਚਾ ਲਈਆਂ, ਅਤੇ ਹੁਣ ਸਾਰੇ ਬੱਸ ਹੋਈ ਸਾਰਿਆਂ ਦੀ। 12 ਕੁ ਵਜੇ ਖੁੱਲ੍ਹਦਾ 12 PM, ਤਾਂ ਕਰਕੇ ਲੋਕ ਥੋੜ੍ਹੇ ਫਿਰ ਉਸ ਟਾਈਮ 'ਤੇ ਜ਼ਿਆਦਾ ਆਉਂਦੇ ਆ, ਕਈ ਲੋਕ ਅੰਦਰੋਂ ਵੀ ਦੇਖਣ, ਮਿਊਜ਼ੀਅਮ ਦੇਖਣ ਕਰਕੇ ਜ਼ਿਆਦਾ ਆਉਂਦੇ ਆ। ਉਹ ਦੇਖੋ ਜੀ ਹੁਣ ਇੱਧਰੋਂ ਆਪਾਂ ਨਿਕਲ ਗਏ ਹਾਂ, ਹਾਂ ਇੱਧਰੋਂ ਬਾਹਰ ਨਿਕਲ ਗਏ ਹਾਂ। ਹੁਣ ਅਸੀਂ ਹੁਣ ਆ ਗਏ ਇੱਕ ਇੱਧਰ ਪਾਰਕ 'ਚ ਘੁੰਮਣ ਚੱਲੇ ਹਾਂ ਹਾਈਕਿੰਗ ਲਈ ਅੰਦਰ ਨੂੰ ਥੋੜ੍ਹਾ ਜਿਹਾ, ਗੱਡੀ ਆਪਾਂ ਲਾਤੀ ਥੱਲੇ ਪਾਰਕਿੰਗ, ਇੱਥੇ ਫ੍ਰੀ ਆ ਪਾਰਕਿੰਗ, ਬਸ ਹੁਣ ਆਪਾਂ ਅੰਦਰ ਨੂੰ ਜਾ ਕੇ ਦੇਖ ਕੇ ਆਉਂਦੇ ਅੰਦਰ ਹੈ ਕੀ। ਪਾਰਕ ਹੈ ਸੈਰ ਕਰਨ ਨੂੰ ਮੇਰੇ ਖਿਆਲ ਨਾਲ, ਇੱਧਰ ਉੱਧਰ ਹੀ ਚੱਲਿਆ ਥੋੜ੍ਹਾ ਜਿਹਾ, ਮੈਂ ਘੁੰਮ ਫਿਰ ਆਈਏ ਜੀ। ਸਾਡੀ ਤਾਂ ਹੋ ਗਈ ਬੱਸ, ਹੁਣ ਅਸੀਂ ਚੱਲੇ ਹਾਂ ਇੱਧਰੋਂ। ਹੁਣ ਪੈਂਟ ਟੀ ਸ਼ਰਟ ਪਾਈ ਆ, ਮੈਂ ਕਿਹਾ ਹੁਣ ਇੱਥੇ ਫੋਟੋ ਖਿਚਾਉਂਦਾ ਕਿਤੋਂ, ਫੋਟੋ ਫੋਟੋ ਖਿਚਾ ਲਓ ਜਿੰਨੇ ਖਿਚਾਉਣੀ ਆ, ਆਪਾਂ ਨਿਕਲਦੇ ਹਾਂ ਇੱਧਰੋਂ। ਬਸ ਫੋਟੋਆਂ ਖਿਚਾਉਣ ਜਾ ਰਹੇ ਨੇ ਸਾਰੇ ਵਾਰੀ ਵਾਰੀ, ਮੈਂ ਕਿਹਾ ਉੱਪਰ ਜਾਵਾਂਗੇ ਨਹੀਂ ਗਰਮੀ 'ਚ ਤਾਂ ਆਪਾਂ ਪਸੀਨੇ ਨਾਲ ਭੇਜ ਜਾਵਾਂਗੇ, ਕੱਪੜੇ ਚੇਂਜ ਕਰਨ ਵਾਲੇ ਹੋ ਜਾਣੇ। ਅਸੀਂ ਘੁੰਮਣ ਚੱਲਦੇ ਹਾਂ,